ਕਰਦੇ ਆ ਕਿ ਸਾਰੀਆਂ ਹੀ ਪੋਲੀਟੀਕਲ ਪਾਰਟੀਆਂ ਜਿਹੜੀਆਂ ਉਹ ਵੱਖ-ਵੱਖ ਕੰਪਨੀਆਂ ਤੋਂ ਮਲਟੀਨੈਸ਼ਨਲ ਕੰਪਨੀਆਂ ਤੋਂ ਹੋਰ ਅਦਾਰਿਆਂ ਤੋਂ ਆਪਣੇ ਪਾਰਟੀ ਵਾਸਤੇ ਜਿਹੜੇ ਆ ਜੋ ਇਲੈਕਸ਼ਨ ਕਮਿਸ਼ਨ ਦਾ ਨਿਰਧਾਰਿਤ ਪ੍ਰੋਸੀਜਰ ਹੈ ਉਹਦੇ ਮੁਤਾਬਕ ਫੰਡ ਲੈਂਦੀਆਂ ਇਸ ਕਰਕੇ ਜਿਹੜੀ ਰਾਜਕਾਰਦੀ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਵੀ ਲੈਂਦੀ ਆ ਕਾਂਗਰਸ ਵੀ ਲੈਂਦੀ ਆ ਅਸੀਂ ਵੀ ਲੈਂਦੇ ਆ ਦੋ ਜਿਆ ਪਾਰਟੀਆਂ ਵੀ ਆਮ ਆਦਮੀ ਪਾਰਟੀ ਵੀ ਸਾਰੇ نیشنل ਪਾਰਟੀਆਂ ਨੂੰ ਜ਼ਿਆਦਾ ਮਿਲਦਾ ਸਟੇਟਾਂ ਦੀਆਂ ਪਾਰਟੀਆਂ ਨੂੰ ਥੋੜਾ ਮਿਲਦਾ ਹੈ ਲੇਕਿਨ ਨਿਯਮ ਉਹਦੇ ਨਿਰਧਾਰਤ ਹੈ ਮੈਨੂੰ ਇਸ ਗੱਲ ਤੇ ਕੋਈ ਇਤਰਾਜ਼ ਨਹੀਂ ਹੈ ਕਿ ਕਿਸੇ ਕੰਪਨੀ ਨੇ ਕਿਸੇ ਪਾਰਟੀ ਨੂੰ ਫੰਡ ਕਿਉਂ ਦਿੱਤੇ ਪਰ ਇਸ਼ੂ ਇਹ ਹੈ ਕਿ ਪੰਜਾਬ ਦੇ ਵਿੱਚ ਜਦੋਂ ਦੇ ਪ੍ਰਾਈਵੇਟ ਪਾਵਰ ਪਲਾਂਟ ਲੱਗੇ ਆ 19 11 2009 ਨੂੰ ਜਿਹੜਾ ਰਾਜਪੁਰੇ ਦਾ ਪਲਾਂਟ ਹੈ ਇਹਦਾ ਲੈਟਰ ਆਫ ਇੰਟੈਂਟ ਇਸ਼ੂ ਹੋਇਆ ਸੀ ਅਰ ਜਦੋਂ ਚਾਹੇ ਇਹ ਪ੍ਰੋਜੈਕਟ ਹੈ ਚਾਹੇ ਤਰੌਂਡੀ ਸਾਬੋ ਵਾਲਾ ਪ੍ਰੋਜੈਕਟ ਹੈ ਉਦੋਂ ਤੋਂ ਹੀ ਕਾਂਗਰਸ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਸੁਨੀਲ ਜਾਖੜ ਜੀ ਨੇ ਸਾਰੀ ਇਹਨਾਂ ਦੀ ਬਾਕੀ ਕਾਂਗਰਸ ਪਾਰਟੀ ਨੇ ਲਗਾਤਾਰ ਇਹ ਲਟਾਈ ਹੋਈ ਹੈ ਕਿ ਇਹ ਜਿਹੜੇ ਸਮਝੌਤੇ ਹੋਏ ਆ ਪੀਪੀਏ ਐਗਰੀਮੈਂਟ ਹੋਇਆ ਇਹ ਗਲਤ ਹੋਇਆ ਹੁਣ ਸਵਾਲ ਇਸ ਗੱਲ ਦਾ ਹੈ ਕਿ ਇੱਕ ਪਾਸੇ ਤੁਸੀਂ ਇਹ ਕਹਿ ਰਹੇ ਹੋ ਕਿ ਕੰਪਨੀਆਂ ਨੇ ਉਸ ਵੇਲੇ ਦੀ ਜਿਹੜੀ ਸਰਕਾਰ ਹੈ ਜਿਹੜੀ ਸ਼ਰਮਣੀ ਕਾਲੀ ਦਲ ਦੀ ਸਰਕਾਰ ਸੀ ਇੱਕ ਪਾਸੇ ਤੁਸੀਂ ਇਹ ਕਹਿ ਰਹੇ ਹੋ ਕਿ ਉਹਨਾਂ ਨੇ ਉਹਨਾਂ ਦੇ ਨਾਲ ਗਲਤ ਸਮਝੌਤੇ ਕੀਤੇ ਆ ਬਹੁਤ ਤਰ੍ਹਾਂ ਦੀਆਂ ਐਲੀਗੇਸ਼ਨ ਤੁਸੀਂ ਜਿਹੜੀਆਂ ਵਿਧਾਨ ਸਭਾ ਦੇ ਅੰਦਰ ਵੀ ਵਿਧਾਨ ਸਭਾ ਦੇ ਬਾਹਰ ਵੀ ਲਗਾਤਾਰ ਲਗਾਈਆਂ ਤੇ ਕੰਪਨੀਆਂ ਦੇ ਉੱਤੇ ਵੀ ਤੁਸੀਂ ਲਗਾਤਾਰ ਅਟੈਕ ਕਰਦੇ ਰਹੇ ਹੋ ਥ੍ਰੈਟਨ ਵੀ ਕਰਦੇ ਰਹੇ ਹੋ ਕਿ ਜਦੋਂ ਸਾਡੀ ਸਰਕਾਰ ਦੁਬਾਰਾ ਆਈ ਅਸੀਂ ਤੁਹਾਡੇ ਸਾਰੇ ਸਮਝੌਤੇ ਜਿਹੜੇ ਆ ਉਹ ਰੱਦ ਕਰ ਦਿਆਂਗੇ ਤੁਸੀਂ ਇਹ ਧਮਕੀ ਵੀ ਲਗਾਤਾਰ ਉਹਨਾਂ ਕੰਪਨੀਆਂ ਨੂੰ ਦੇਂਦੇ ਰਹੇ ਜਿਸ ਕੰਪਨੀ ਨੂੰ ਤੁਸੀਂ ਮਾਲ ਪ੍ਰੈਕਟਿਸ ਵਾਸਤੇ ਅਕਿਊਜ਼ ਕਰ ਰਹੇ ਉਸੇ ਕੰਪਨੀ ਤੋਂ ਤੁਸੀਂ ਫੰਡ ਇੰਨੇ ਵੱਡੇ ਫੰਡ ਐਲ ਐਨ ਟੀ ਕੋਲੋਂ ਇਹਨਾਂ ਨੇ 2010 ਦੇ ਵਿੱਚ 11 12 14 ਦੇ ਵਿੱਚ ਤੱਕ 8 ਕਰੋੜ 25 ਲੱਖ ਜਿਹੜਾ ਹੁਣ ਤੱਕ ਦਾ ਅਖਬਾਰਾਂ ਦੇ ਵਿੱਚ ਛਪਿਆ ਉਹਦੇ ਮੇਰੇ ਕੋਲ ਵੀ ਕੁਝ ਹੋਰ ਵੀ ਸਬੂਤ ਹੈ 8 ਕਰੋੜ 25 ਲੱਖ ਤੁਸੀਂ ਕੰਪਨੀ ਤੋਂ ਪੈਸਾ ਲੈ ਲਿਆ ਲੈ ਤੁਸੀਂ ਉਸ ਕੰਪਨੀ ਤੋਂ ਰਹੇ ਹੋ ਜਿਹਦੇ ਬਾਰੇ ਤੁਸੀਂ ਇਹ ਕਯੂਜ਼ ਕਰ ਰਹੇ ਹੋ ਸਾਰੇ ਪੰਜਾਬ ਦੀ ਜਨਤਾ ਨੂੰ ਗਮਰਾਹ ਕਰ ਰਹੇ ਹੋ ਬੜੀਆਂ ਸਟੇਟਮੈਂਟਾਂ ਮੁੱਖ ਮੰਤਰੀ ਸਾਹਿਬ ਦੀਆਂ ਡਾਕਟਰ ਸਾਹਿਬ ਦੀਆਂ ਸਿੱਧੂ ਸਾਹਿਬ ਦੀਆਂ ਬਾਕੀ ਹੋਰ ਲੀਡਾਂ ਦੀਆਂ ਆਮ ਆਦਮੀ ਪਾਰਟੀ ਵਾਲਿਆਂ ਦੀ ਤੇ ਇੱਕ ਪਾਸੇ ਤੁਸੀਂ ਅਖਬਾਰਾਂ ਦੇ ਵਿੱਚ ਦੋਜ ਜਿਹੜੀ ਹੈਗੀ ਆ ਪਾਵਰ ਪਲਾਂਟ ਡਾਊਨ ਵਾਲੀ ਸਰਕਾਰ ਨੂੰ ਕੋਸਦੇ ਹੋ ਕ腐ਸ਼ਨ ਦੀ ਐਡੂਕੇਸ਼ਨ ਹੁੰਦੇ ਹੋ ਕੰਪਨੀ ਦੇ ਉੱਤੇ ਕਈ ਤਰ੍ਹਾਂ ਦੇ ਕੁਐਸਚਨ ਖੜੇ ਕਰਦੇ ਹੋ ਤੇ ਦੂਜੇ ਪਾਸੇ ਤੁਸੀਂ ਐਲ ਐਨਟੀ ਨੂੰ 8.25 ਕਰੋੜ ਰੁਪਇਆ ਉਹਦੇ ਤੋਂ ਚੁੱਪ ਕਰਕੇ ਚੈੱਕ ਲੈ ਕੇ ਪਾਰਟੀ ਦੇ ਖਾਤੇ 'ਚ ਪਾਈ ਜਾਂਦੇ ਹੋ ਤੇ ਵਿਦਵੰਤਾ ਗਰੁੱਪ ਕੋਲੋਂ ਵੀ 8 ਕਰੋੜ ਰੁਪਇਆ ਤੁਸੀਂ ਲੈ ਕੇ ਚੈੱਕ ਜਿਹੜੇ ਆ ਵਕਫ ਵਕ ਡਾਟਾ ਦੇ ਵਿੱਚ ਇਸੇ ਸਮੇਂ ਦੇ ਦੌਰਾਨ ਤੁਸੀਂ ਲੈ ਕੇ ਆਪਣੀਆਂ ਕੰਪਨੀਆਂ ਦੇ ਆਪਣੇ ਪਾਰਟੀ ਦੇ ਖਾਤੇ ਦੇ ਵਿੱਚ ਪਾਈ ਜਾਂਦੇ ਹੋ ਜਿਵੇਂ ਕਿ ਇਹਦੇ ਕੋਲੋਂ 10 ਲੱਖ ਰੁਪਇਆ ਲੈ ਕੇ ਤੁਸੀਂ ਆਪਣੇ ਖਾਤੇ ਦੇ ਵਿੱਚ ਪਾਉਂਦੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਨਾ ਕੈਪਟਨ ਮਰਿੰਦਰ ਸਿੰਘ ਹੋਰਾਂ ਨੂੰ ਵੀ ਸੁਨੀਲ ਜਾਖੜ ਜੀ ਨੂੰ ਕਿ ਜਦੋਂ ਤੁਹਾਨੂੰ ਪਤਾ ਸੀ ਕਿ ਤੁਸੀਂ ਕਹਿ ਰਹੇ ਸੀ ਅਲਿਜ ਕਰ ਰਹੇ ਸੀ ਲਗਾਤਾਰ ਕਿ ਆਹ ਕੰਮ ਗਲਤ ਹੋਇਆ ਸਮਝੌਤੇ ਗਲਤ ਹੋਇਆ ਨਾਲ ਲੋਕਾਂ ਨੂੰ ਇਹ ਭਰੋਸਾ ਦਿਵਾ ਰਹੇ ਸੀ ਕਿ ਇਹ ਕੈਨਸਲ ਕਰਾਂਗਾ ਤੇ ਤੁਸੀਂ ਇਹ 16 ਕਰੋੜ ਇਹਨਾਂ ਕੋਲ ਅਡਵਾਂਸ ਕਾਦੇ ਵਾਸਤੇ ਫੜਿਆ ਸੀ ਇਹ ਤਾਂ ਜਿਹੜਾ ਚੈੱਕ ਨਹੀਂ ਆਇਆ ਕੋਈ ਹੋਰ ਵੀ ਆਇਆ ਹੁਣ ਪਰ ਮੈਂ ਉਸੇ ਅਮਾਉਂਟ ਦੇ ਹਿਸਾਬ ਪੁੱਛਦਾ ਕਿ ਤੁਸੀਂ ਉਹਨਾਂ ਕੰਪਨੀਆਂ ਕੋਲੋਂ ਜਿਨ੍ਹਾਂ ਨੂੰ ਇਹ ਥ੍ਰੈਟਨ ਕੀਤਾ ਸੀ ਤੇ ਅਸੀਂ ਤੁਹਾਡੇ 2012 ਚ ਕੁਦਰਤੀ ਸਰਕਾਰ ਨਹੀਂ ਆਈ ਪਰ ਤੁਸੀਂ ਤੇ ਧਮਕੀ ਦਿੱਤੀ ਸੀ ਉਹਨਾਂ ਨੂੰ ਕਿ ਜਿਹੜਾ ਹੈਗਾ ਵੀ ਤੁਸੀਂ ਕਿੰਨਾ ਜਾ ਇਹਦਾ ਜਵਾਬ ਮੈਂ ਚਾਹੁੰਨਾ ਕਿ ਮੁੱਖ ਮੰਤਰੀ ਸਾਹਿਬ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਤੁਸੀਂ ਵਾਈਟ ਪੇਪਰ ਸਾਡੇ ਖਿਲਾਫ ਜਾਰੀ ਕਰਨਾ ਸੀ ਉਹ ਤਾਂ ਤੁਹਾਡੇ ਕੋਲ ਜਾਰੀ ਨਹੀਂ ਹੋਇਆ ਹੁਣ ਇਹਦਾ ਵਾਈਟ ਪੇਪਰ ਜਿਹੜਾ ਉਹ ਕਾਂਗਰਸ ਪਾਰਟੀ ਦਾ ਵੀ ਤੇ ਸਰਕਾਰ ਦਾ ਇਹ ਸਾਨੂੰ ਜ਼ਰੂਰ ਦੱਸੋ ਕਿ ਜਿਹੜਾ ਇਹ ਤੁਸੀਂ ਪੈਸੇ ਕਿਉਂ ਲੈ ਰਹੇ ਹੋ ਔਰ ਕੁਝ ਮੈਂ ਵੀ ਦੱਸਦੇ ਨਾ ਜੰਨੀ ਕੋ ਮੈਨੂੰ ਗਿਆਨ ਹੈ ਕਿਉਂਕਿ 18 1 2010 ਨੂੰ ਜਿਹੜੇ ਸ਼ੇਅਰ ਪਰਚੇਸ ਐਗਰੀਮੈਂਟ ਸਾਈਮਲਟੇਨियसਲੀ ਪੀਪਾ ਸਾਈਨ ਹੋਏ ਸੀ 2014 ਦੇ ਵਿੱਚ ਇਹ ਕੰਪਨੀਆਂ ਚਲੀਆਂ ਗਈਆਂ ਸੀ ਸਰਕਾਰ ਦੇ ਖਿਲਾਫ ਉਹ ਸਾਡੀ ਸਰਕਾਰ ਸੀ ਕਿ ਸਾਨੂੰ ਕੋਲ ਵਾਸ ਚਾਰਜ ਜਿਹੜਿਆ ਉਹ ਪੇ ਕੀਤੇ ਜਾਣ ਸਮਝੌਤੇ ਤੋਂ ਇਲਾਵਾ ਔਰ ਇਹਨਾਂ ਨੇ ਜਿਹੜੀ ਐ ਪੰਜਾਬ ਸਟੇਟ ਇਲੈਕਟ੍ਰਿਸਿਟੀ ਰੈਗੂਲੇਟਰੀ ਕਮਿਸ਼ਨ ਦੇ ਕੋਲੇ ਸਾਡੀ ਸਰਕਾਰ ਦੇ ਖਿਲਾਫ ਜਿਹੜਾ ਉਹ ਪਟੀਸ਼ਨ ਫਾਈਲ ਕਰ ਦਿੱਤੀ। ਅਸੀਂ ਕੇਸ ਲੜਿਆ 1 2 2016 ਨੂੰ ਸਾਡੇ ਹੱਕ ਦੇ ਵਿੱਚ ਫੈਸਲਾ ਹੋ ਗਿਆ ਕੰਪਨੀਆਂ ਦੀ ਪਟੀਸ਼ਨ ਡਿਸਮਿਸ ਹੋ ਗਈ। ਇਸ ਤੋਂ ਬਾਅਦ ਅਪੀਲ ਨੰਬਰ 64 2016 ਦੇ ਵਿੱਚ ਇਹ ਕੰਪਨੀਆਂ ਸਾਡੇ ਖਿਲਾਫ ਐਪੀਲ ਜਿਹੜਾ ਨੈਕਸਟ ਲੈਵਲ ਦਾ ਟ੍ਰਿਬਿਊਨਲ ਹੈ ਬਿਜਲੀ ਦੇ ਸਮਝੌਤੇਾਂ ਦੀ ਸੁਣਵਾਈ ਕਰਨ ਵਾਸਤੇ ਅਦਾਲਤ ਹੈ ਇਹਨਾਂ ਨੇ ਸਾਡੇ ਖਿਲਾਫ ਉੱਥੇ ਕੇਸ ਫਾਈਲ ਕੀਤਾ ਉੱਥੇ ਵੀ ਅਸੀਂ ਪੂਰਾ ਦਫੰਦ ਕਰਕੇ ਸਮਝੌਤੇਾਂ ਨੂੰ ਤੇ 14 12 16 ਨੂੰ ਐਪੀਲ ਦੇ ਵਿੱਚੋਂ ਇਹ ਕੇਸ ਜਿਹੜਾ ਇਹਨਾਂ ਦਾ ਕੰਪਨੀਆ ਦਾ ਰਿਜੈਕਟ ਕਰਾਇਆ 2017 ਦੇ ਵਿੱਚ ਸਰਕਾਰ ਬਦਲ ਗਈ ਤੇ ਕੰਪਨੀਆਂ ਨੇ ਸੁਪਰੀਮ ਕੋਰਟ ਦੇ ਵਿੱਚ ਸਿਵਲ ਅਪੀਲ 179 ਅਬ੍ਰਿਕ 2017 ਉਹ ਫਾਈਲ ਕੀਤੀ। ਹੁਣ ਕੈਪਟਨ ਅਮਰਿੰਦਰ ਸਿੰਘ ਰੰਦੀ ਸਰਕਾਰ ਆ ਗਈ। ਆ ਪੈਸੇ ਵਿਖਿਓ ਵਾਪਸ ਕਿੱਦਾਂ ਹੁੰਦੇ ਫਾਇਦਾ ਕਿੱਦਾਂ ਬਚਾਇਆ ਜਾਂਦਾ। ਇਹਨਾਂ ਨੇ ਜਾਣ ਬੁੱਝ ਕੇ ਸੁਪਰੀਮ ਕੋਰਟ ਦੇ ਵਿੱਚ ਗਲਤ ਤੱਥ ਪੇਸ਼ ਕੀਤੇ ਔਰ ਉਹਦੇ ਕਰਕੇ 2500 ਕਰੋੜ ਰੁਪਈਆ ਜਿਹੜਾ ਪੰਜਾਬ ਸਰਕਾਰ ਨੇ ਇਹਨਾਂ ਨੂੰ ਦੇਣਾ ਮਰਦਿਆ ਕੰਪਨੀਆਂ ਨੂੰ 2500 ਕਰੋੜ ਰੁਪਈਆ ਮੈਂ ਤੁਹਾਨੂੰ ਸੁਪਰੀਮ ਕੋਰਟ ਦੀ ਜਿਹੜੀ ਜੱਜਮੈਂਟ ਆ ਉਹਦੇ ਤੱਥ ਵੀ ਪੜਦੇ ਦਾ ਜਿਹੜਾ ਉਹਦੇ ਵਿੱਚ ਖਾਸ ਤੌਰ ਤੇ ਜਿਹੜਾ ਇਹਦਾ ਲਿਖਿਆ ਹੋਇਆ ਜਿਹੜੀ ਜੱਜਮੈਂਟ ਦੇ ਜਿਹੜੀ 88 ਨੰਬਰ ਜਿਹੜਾ ਪੁਆਇੰਟ ਆ ਤੁਸੀਂ ਧਿਆਨ ਨਾਲ ਸੁਣਿਓ ਵੀ ਸੁਪਰੀਮ ਕੋਰਟ ਕੀ ਕਹ ਰਹੀ ਹੈ ਕੇਸ ਹਾਰ ਰਹੀ ਹੈ ਸਰਕਾਰ ਪਰ ਸੁਪਰੀਮ ਕੋਰਟ ਨੂੰ ਲਿਖਣਾ ਪੈ ਰਿਹਾ ਕਿ ਤੁਸੀਂ ਜਾਣਬੁੱਝ ਕੇ ਕੇਸ ਹਾਰ ਰਹੇ ਹੋ ਕਿ ਕਹ ਰਿਹਾ ਵੀ ਹੈਵ ਨੋ ਹੈਸਿਟੇਸ਼ਨ ਇਨ ਕਨਕਲੂਡਿੰਗ ਥੈਟ ਦੀ ਪੁਆਇੰਟ ਐਟ ਵਿਚ ਦੀ ਕਲੋਰੀਫਿਕ ਵੈਲਿਊ ਆਫ ਕੋਡ ਇਜ਼ ਟੂ ਬੀ ਮੈਜਰਡ ਇਜ਼ ਐਟ ਪ੍ਰੋਜੈਕਟ ਸਾਈਟ ਰੌਲਾ ਕਿਸ ਗੱਲ ਦਾ ਸੀ ਕਿ ਕੰਪਨੀ ਕਹਿੰਦੀ ਸੀ ਕਿ ਕਲੋਰੀਫਿਕ ਵੈਲਿਊ ਪਲਾਂਟ ਦੀ ਜਿਹੜੀ ਸਾਈਟ ਹੈ ਉੱਥੇ ਜਾ ਕੇ ਟੈਸਟ ਹੁੰਦੀ ਹੈ ਇਹਨਾਂ ਨੇ ਗਲਤ ਤੱਥ ਪੇਸ਼ ਕਰ ਦਿੱਤੇ ਸੁਪਰੀਮ ਕੋਰਟ 'ਚ ਕਿ ਨਹੀਂ ਜੀ ਉੱਥੇ ਤੇ ਸਾਡੇ ਕੋਲੇ ਕੋਈ ਢੰਗ ਤਰੀਕਾ ਹੀ ਨਹੀਂ ਕੋਈ ਇਕਵਿਪਮੈਂਟ ਹੀ ਨਹੀਂ ਅਸੀਂ ਪਲਾਂਟ ਦੇ ਉੱਤੇ ਚੈੱਕ ਕਰ ਹੀ ਨਹੀਂ ਸਕਦੇ ਪਰ ਜਦੋਂ ਕੰਪਨੀ ਨੇ ਜਿਹੜੇ ਬਿਜਲੀ ਬੋਰਡ ਦੇ ਅਧਿਕਾਰੀਆਂ ਦੇ ਤੇ ਕੰਪਨੀ ਦੇ ਦਸਤਕਤ ਕੀਤੇ ਹੋਏ ਸਾਰੇ ਸਾਲਾਂ ਦੇ ਡਾਕੂਮੈਂਟ ਪ੍ਰੋਡਿਊਸ ਕੀਤੇ ਤੇ ਹਾਈ ਕੋਰਟ ਨੇ ਕਿਹਾ ਕਿ ਤੁਸੀਂ ਝੂਠ ਬੋਲ ਰਹੇ ਹੋ ਕੰਪਨੀ ਸੱਚੀ ਹੈ ਉਥੇ ਇਹ ਤੱਥ ਸੁਪਰੀਮ ਕੋਰਟ ਲਿਖਦੀ ਹੈ ਥਿਸ it provided by the sample reports of different financial reals filed by appellant along with the synopsis it is surprising how such a bald denial was made despite the position existing at the site court keh riya pe nanga chitta chhot tu asi adalat vich kyon bolya jadon ke tusi inne saar reporta sign karke clarific value diyan unna de naal saanjiyan reporta sign karke unna nu kopiyan de re ho ਤੇ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਐਡਾ ਵੱਡਾ ਝੂਠ ਕਉ ਬੋਲਿਆ ਇਹ ਤਾਂ ਹੁਣ ਪੰਜਾਬ ਸਰਕਾਰ ਦੱਸੇ ਐਡਵੋਕੇਟ ਜਨਰਲ ਸਾਹਿਬ ਦੱਸਣ ਕਿ 2500 ਕਰੋੜ ਰੁਪਇਆ ਜਿਹੜਾ ਇਹ ਪੰਜਾਬ ਨੂੰ ਪਿਆ ਇਸ ਜਿਹੜੀ ਬਿਲੀ ਭੁਗਤ ਕਰਕੇ ਤੇ ਜਿਹੜਾ ਉਸ ਤੋਂ ਬਾਅਦ ਲਗਾਤਾਰ ਪੇ ਕਰਨਾ ਉਹ ਉਸ ਤੋਂ ਡੱਕ ਇਹ ਤਾਂ ਉਸ ਡੇਟ ਤੱਕ ਦੋਇਆ ਸਤਾਰਨ ਤੱਕ ਕਿਉਂਕਿ ਉਸ ਤੋਂ ਬਾਅਦ ਇਹਨਾਂ ਨੇ ਮੰਨ ਲਿਆ ਕਿ ਕੋਲ ਵਾਸ਼ਿੰਗ ਚਾਰजेस ਪੇ ਕਰਨੇ ਆ ਤੇ ਲਗਾਤਾਰ ਮੰਤਰੀ ਉਸ ਤੋਂ ਬਾਅਦ ਲਗਾਤਾਰ ਪੇ ਕਰ ਰਿਹਾ ਉਹ ਕਿੰਨੇ ਹਜ਼ਾਰ ਕਰੋੜ ਹੋ ਗਿਆ ਉਹ ਇਸ ਤੋਂ ਵੱਖਰਾ ਇਸ ਕਰਕੇ ਮੈਂ ਤੁਹਾਨੂੰ ਕਲੀਅਰ ਕਰਨੀ ਚਾਹੁੰਦਾ ਕਿ ਇਹ ਜਿਹੜੇ ਫੰਡ ਆਏ ਆ ਇਹ ਕੰਪਨੀ ਕੋਈ ਜਾਣ ਨਹੀਂ ਹੈ ਜਿਨ੍ਹਾਂ ਨੇ ਇੰਨੇ-ਇੰਨੇ ਕਰੋੜ ਦੇ ਦਿੱਤੇ ਉਹਦੇ ਬਦਲੇ ਚ 2.5 ਹਜ਼ਾਰ ਕਰੋੜ ਰੁਪਇਆ ਇੱਕ ਇੱਕ ਹੋਰ ਕੰਪਨੀ ਹੈ ਐਮਟਾ ਜਿਨੇ ਕੋਲ ਮਾਈਨ ਤੋਂ ਮਾਈਨਿੰਗ ਕਰਨੀ ਸੀ ਉਹਦਾ ਵੀ ਆਰਬਿਟਰੇਟਰ ਕੋਲੋਂ ਫੈਸਲਾ ਹੋ ਗਿਆ ਸਰਕਾਰ ਦੇ ਖਿਲਾਫ ਤੇ 2.5 ਸਾਲ ਪੰਜਾਬ ਸਰਕਾਰ ਦੇ ਬਿਜਲੀ ਬੋਰਡ ਦੇ ਅਫਸਰ ਸਹਿਬਾਨ ਨੇ ਹਾਈ ਕੋਰਟ ਵਿੱਚ ਪਟੀਸ਼ਨ ਫਾਈਲ ਨਹੀਂ ਕੀਤੀ ਉਹਦੇ ਖਿਲਾਫ ਰਿਵਿਊ ਪਟੀਸ਼ਨ ਨਹੀਂ ਫਾਈਲ ਕੀਤੀ ਜਦੋਂ 2.5 ਸਾਲ ਬਾਅਦ ਹਾਈ ਕੋਰਟ ਚ ਗਏ ਤੇ ਹਾਈ ਕੋਰਟ ਨੇ ਫਾਈਲ ਚੈੱਕ ਕੇ ਥੱਲੇ ਮਾਰੀ ਕਿ ਤੁਸੀਂ 2.5 ਸਾਲ ਕਿੱਥੇ ਸੁੱਤੇ ਪਏ ਸੀ ਕਿ ਜੇ 1600 ਕਰੋੜ ਦੀ ਪੈਨਲਟੀ ਪਈ ਸਰਕਾਰ ਨੂੰ ਆਰਬਿਟਰੇਟਰ ਕੋਲੋਂ ਇਹਨਾਂ ਨੂੰ ਅਗਲੇ ਦਿਨ ਨੀਂਦ ਨਹੀਂ ਸੌਣੀ ਚਾਹੀਦੀ ਜਾ ਕੇ ਫਟਾਫਟ ਹਾਈ ਕੋਰਟ ਚ ਸਟੇ ਲੈਣਾ ਚਾਹੀਦਾ ਸੀ ਇਹ 2.5 ਸਾਲ ਲਗਾਤਾਰ ਜਿਹੜੇ ਆ ਇਹ ਉੱਥੇ ਨਹੀਂ ਗਏ ਤੇ ਦੋਨੇ ਬਣਾ ਕੇ 4100 ਕਰੋੜ ਰੁਪਈਆ ਜਿਹੜਾ ਕੰਪਨੀਆਂ ਨੂੰ ਉਹ ਦਿੱਤਾ ਗਿਆ ਇਹ ਜਸਟੀਫਿਕੇਸ਼ਨ ਆ ਕਿ ਜਿਹੜੇ ਫੰਡ ਤੁਸੀਂ ਚੁੱਪ ਕਰਕੇ ਲੈਂਦੇ ਹੋ ਇਹ ਤਾਂ ਚੈੱਕ ਵਾਲਾ ਅਮਾਊਂਟ ਮੈਂ ਦੱਸ ਰਿਆਂ ਜੋ ਕੁਝ ਬਾਕੀ ਇਹਦੇ ਵਿੱਚ ਹੋਇਆ ਅਸੀਂ ਗਵਰਨਰ ਸਾਹਿਬ ਕੋਲੇ 2020 ਦੇ ਵਿੱਚ ਇਹ ਮੈਮੋਰੰਡਮ ਹੈ ਮੇਰੇ ਕੋਲ ਉਸ ਵੇਲੇ ਦਾ ਪ੍ਰਧਾਨ ਸਾਹਿਬ ਦੇ ਕੇ ਆਏ ਸੀ ਨਾਲ ਮੈਂ ਵੀ ਗਿਆ ਸੀ 15 ਜਨਵਰੀ 2020 ਨੂੰ ਗਵਰਨਰ ਸਾਹਿਬ ਨੂੰ ਕਿਹਾ ਸੀ ਕਿ ਇਹਦੀ ਸੀਬੀਆਈ ਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਕਿਉਂਕਿ ਜਿਸ ਬੰਦੇ ਨੇ ਅਦਾਲਤ ਦੇ ਵਿੱਚ ਗਲਤ ਤੱਥ ਪੇਸ਼ ਕੀਤੇ ਸੀ ਉਸ ਦੀ ਰਿਸਪੌਂਸਿਬਿਲਟੀ ਕਿਉਂ ਨਹੀਂ ਫਿਕਸ ਹੋਈ ਕਿਉਂਕਿ ਇਸ਼ਾਰਾ ਉੱਤੋਂ ਸੀ ਮਹਿਕਮਾ ਮੁੱਖ ਮੰਤਰੀ ਸਾਹਿਬ ਕੋਲ ਇਸ ਲਈ ਉਹ ਦੱਸ ਸਕਦੇ ਆ ਕਿ ਰਿਸਪੌਂਸਿਬਿਲਟੀ ਕਿਉਂ ਨਹੀਂ ਫਿਕਸ ਹੋਈ ਕਿ ਜਿਸ ਬੰਦੇ ਦੇ ਗਲਤੀ ਕਰਨ ਦੇ ਨਾਲ 2500 ਕਰੋੜ ਰੁਪਇਆ ਜਿਹੜਾ ਸਰਕਾਰ ਨੂੰ ਦੇਣਾ ਪਿਆ ਉਹਦੀ ਜਿਹੜੀ ਰਿਸਪੌਂਸਿਬਿਲਟੀ ਹੈ ਉਹ ਕਿਉਂ ਨਹੀਂ ਫਿਕਸ ਕੀਤੀ ਗਈ ਇਸ ਲਈ ਇਹ ਤਾਂ ਹੈਗਾ ਜਿਹੜੀ ਅਸੀਂ ਮੰਗ ਕਰਦੇ ਆ ਕਿ ਇਹਦੀ ਸਾਰੇ ਦੀ ਸੀਬੀ ਇਨਕੁਆਇਰੀ ਹੋਣੀ ਚਾਹੀਦੀ ਕਿਉਂਕਿ ਅਸੀਂ ਤੇ ਗਵਰਨਰ ਸਾਹਿਬ ਨੂੰ ਉਦੋਂ ਲਿਖ ਕੇ ਦਿੱਤਾ ਸੀ ਪਰ ਆਹ ਤੱਥ ਉਹ ਨਵੇਂ ਸਾਹਮਣੇ ਆਏ ਅਸੀਂ ਉਦੋਂ ਵੀ ਕਿਹਾ ਸੀ ਉਦੋਂ ਤੇ ਅਸੀਂ ਜੋ ਅੰਦਾਜ਼ੇ ਨਾਲ ਕਿਹਾ ਸੀ ਕਿ ਇਹਦੇ ਵਿੱਚ ਪੈਸੇ ਦਾ ਬਹੁਤ ਵੱਡਾ ਲੈਣ-ਦੇਣ ਹੋਇਆ ਕਿਉਂਕਿ ਐਡਾ ਵੱਡਾ ਗਲਤ ਰਿਕਾਰਡ ਅਦਾਲਤ ਵਿੱਚ ਮੁੱਖ ਮੰਤਰੀ ਸਾਹਿਬ ਮੰਤਰੀ ਸਾਹਿਬ ਬਣਾ ਦੀ ਏਜੀ ਅਫਸਰ ਦੀ ਬਿੜੀ ਭੁਗਤੋਂ ਬਿਨਾ ਨਹੀਂ ਹੋ ਸਕਦਾ ਪਰ ਅੱਜ ਜਿਹੜੇ ਤੱਥ ਸਪੇਆ ਇਹ ਸਬੂਤ ਹੈ ਉਸ ਚੀਜ਼ ਦਾ ਇਸ ਕਰਕੇ ਇੱਕ ਤਾਂ ਇਹਦਾ ਜਵਾਬ ਪੁੱਛਦੇ ਆ ਦੂਜਾ ਹੁਣ ਜਿਹੜੀ ਨਵੀਂ ਪਾਰਟੀ ਆਈ ਆ ਆਮ ਆਦਮੀ ਪਾਰਟੀ ਸਾਡੀ ਝਾੜੂ ਵਾਲੀ ਉਹ ਵੀ ਹੁਣ ਫੇਰ ਲੱਗੇ ਹੋਏ ਆ ਸਾਜਸ਼ ਰਚਣ ਵਾਸਤੇ ਕਿਉਂਕਿ ਅੱਗੇ ਹੀ ਪੰਜਾਬ ਦਾ ਬਿਜਲੀ ਦੇ ਮਾਮਲੇ 'ਚ ਪੱਟਾ ਬੈਠਾ ਤੇ ਉਹ ਵੀ ਹੁਣ ਲੱਗੇ ਆ ਫਰਦਰ ਕਿ ਮੈਂ ਵੀ ਇੱਕ ਅਦਾ ਝਟਕਾ ਦੇ ਕੇ ਤੇ ਬਾਕੀ ਹੁਣ ਮੈਂ ਵੀ ਇਤੋਂ ਕਮਾਈ ਕਰਾਂ ਕਿਉਂਕਿ ਉਹਨਾਂ ਦੀ ਨੀਅਤ ਵੀ ਉਸੇ ਪਾਸੇ ਜਾ ਰਹੀ ਆ ਕਿ ਉਹਨਾਂ ਨੇ ਜਿਹੜਾ ਸਿੱਧਾ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਫਟਾਫਟ ਇੱਕ ਜਿਹੜੀ ਆ IIT ਦੀ ਇੱਕ ਰਿਪੋਰਟ ਨੂੰ ਉਧਾਰ ਬਣਾ ਕੇ ਤੇ ਦਿੱਲੀ ਤੋਂ ਜਿਹੜੇ 300 ਕਿਲੋਮੀਟਰ ਦੇ ਵਿੱਚ 10 ਥਰਮਲ ਪਲਾਂਟ ਆ ਉਹਨਾਂ ਨੂੰ ਬੰਦ ਕਰਨ ਦਾ ਆਰਡਰ ਕਰਨ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚ 4 ਸਾਡੇ ਪੰਜਾਬ ਤੇ ਆ ਔਰ ਮੈਂ ਅੱਜ ਭਗਵੰਤ ਮਾਨ ਜੀ ਨੂੰ ਸੁਣ ਰਿਹਾ ਸੀ ਉਹ ਕਹਿ ਰਹੇ ਸੀ ਕਿ ਅਸੀਂ ਤਾਂ ਸਿਰਫ ਅਪਗ੍ਰੇਡੇਸ਼ਨ ਵਾਸਤੇ ਕਿਹਾ ਚਲੋ ਵਿਚਾਰਿਆਂ ਨੂੰ ਜਿੰਨਾ ਕੋ ਦੱਸਿਆ ਹੋਏਗਾ ਉਹਨੇ ਉਹਨਾਂ ਬੋਲ ਦਿੱਤਾ ਪਰ ਮੈਂ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਕਿ ਇਹ ਤੁਹਾਡੀ ਪਟੀਸ਼ਨ ਦੀ ਕਾਪੀ ਆ ਜੇ ਜੀ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਫਾਈਲ ਕੀਤੀ ਆ ਇਹ ਤੁਹਾਡੀ ਉਸ ਪਟੀਸ਼ਨ ਦੀ ਕਾਪੀ ਹੈ ਇਹਦਾ 60 ਨੰਬਰ ਪੇਜ ਤੇ 28 ਨੰਬਰ ਪੁਆਇੰਟ ਮੈਂ ਪੜਨ ਲੱਗਾ ਇਨ 뷰 ਆਫ ਦੀ ਅਬਵ ਥਿਸ ਰੈਟ ਪਟੀਸ਼ਨ ਇਜ਼ ਬੀਇੰਗ ਫਾਈਲਡ ਸੀਕਿੰਗ ਕਲੋਜ਼ਰ ਆਫ 10 ਥਰਮਲ ਪਲਾਂਟਸ ਕਲੋਜ਼ਰ ਮੰਗ ਰਹੇ ਹੋ ਤੁਸੀਂ ਕਿਉਂ ਮੰਗ ਰਹੇ ਹੋ ਕਿਉਂਕਿ ਅੱਗੇ ਹੀ ਪੱਠਾ ਬੈਠਾ ਪਿਆ ਤੇ ਤੁਸੀਂ ਚਾਹੁੰਦੇ ਸੀ ਵੀ ਕਿਸੇ ਤਰੀਕੇ ਜੇ ਸਾਨੂੰ ਆਰਡਰ ਮਿਲ ਜਵੇ ਤੇ ਪੰਜਾਬ ਸਾਰਾ ਹੀ ਨੇਰੇ ਦੇ ਵਿੱਚ ਡੁੱਬ ਜਾਵੇ ਤੇ ਸਾਨੂੰ ਆਪਣੀਆਂ ਰਾਜਨੀਤਿਕ ਰੋਟੀਆਂ ਸੇਕਣੀਆਂ ਹੋਰ ਸੌਕੀਆਂ ਹੋ ਜਾਣਗੀਆਂ ਤੇ ਅਸੀਂ ਆਹ ਕੰਪਨੀਆਂ ਨੂੰ ਵੀ ਬਲੈਕਮੇਲ ਕਰ ਲਾਂਗੇ ਜਿਵੇਂ ਕਾਂਗਰਸ ਪਹਿਲਾਂ ਲੈ ਗਈ ਐਵੇਂ ਅਸੀਂ ਵੀ ਇਹਨਾਂ ਨੂੰ ਡੋਟ ਲਵਾਂਗੇ ਪੂਰਾ ਪਰਦ ਨਾ ਮੈਂ ਦੁਬਾਰਾ ਭਗਵੰਤ ਮਾਨ ਜੀ ਨੂੰ ਇੱਕ ਵਾਰੀ ਫੇਰ ਟੈਲੀਫੋਨ ਕਰਕੇ ਪੁੱਛ ਲਿਓ ਕਹਿੰਦੇ ਸੀ ਉਹ ਤਾਂ ਅਪਗ੍ਰੇਡਿਸ਼ਨ ਵਾਸਤੇ ਅਸੀਂ ਪਾਈ ਆ ਇਹ ਉਹਨਾਂ ਦੀ ਪਟੀਸ਼ਨ ਦਾ ਠਾਈ ਨੰਬਰ ਪੁਆਇੰਟ ਪਰ ਪੜ ਰਿਹਾ ਇਨ 뷰 ਆਫ ਦਾ ਅਬਾਦ ਦਾ ਰੈਡ ਪਟੀਸ਼ਨ ਹਸ ਬੀਨ ਫਾਈਲਡ ਸੀਕਿੰਗ ক্লোజర్ ਆਫ 10 ਥਰਮਲ ਪਾਵਰ ਪਲਾਂਟਸ ਟਿਲ ਸੱਚ ਟਾਈਮ ਐਸ ਦੇ ਇੰਟਰੋਡਿਊਸ ਦੀ ਰੈਕੋਜ਼ੀਟ ਟੈਕਨੋਲੋਜੀ ਐਂਡ ਕੰਪਲਾਈਡ ਵਿਦ ਦਾ ਐਮਿਸ਼ਨ ਲਾਜ਼ ਡੇਟਾ ਇਸ ਤੋਂ ਅੱਗੇ ਵੀ ਆ ਹੋਰ ਵੀ ਥਾਂਵਾਂ ਦੇ ਉੱਤੇ ਇਹਦਾ ਮੈਂਸ਼ਨ ਹੈ ਔਰ ਇਹ ਚਾਰ ਥਰਮਲ ਪਲਾਂਟ ਇਹਦੇ ਵਿੱਚੋਂ ਇਹ ਸਾਡੇ ਪੰਜਾਬ ਦੇ ਆ ਲਹਿਰਾ ਰੋਪੜ ਦਾ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਤਿਰਵੰਦੀ ਸਾਹਬੋ ਦਾ ਪਲਾਂਟ ਤੇ ਰਾਲpura ਆ ਦੋਵੇਂ ਪੈਸੇ ਦੇ ਨਾਲੇ ਵੀ ਇਹਦੇ ਵਿੱਚ ਹੀ ਆ ਰਾਜਪੁਰੇ ਵਾਲਾ ਵੀ ਤੇ ਦੁਜਾ ਵੀ ਤੇ 6 ਜਿਹੜੇ ਆ ਉਹ ਹੋਰ ਆ ਉਹਦੇ ਵਿੱਚ ਯੂਪੀ ਦੇ ਤੇ ਹਰਿਆਣੇ ਦੇ ਪਾਣੀਪਤ ਵਾਲਾ ਵੀ ਆ ਯਮਨਾ ਨਗਰ ਵਾਲਾ ਵੀ ਆ ਦਾਦਰੀ ਵਾਲਾ ਵੀ ਆ ਹੋਰ ਯੂਪੀ ਦੇ ਪਲਾਂਟ ਉਹਦੇ ਵਿੱਚ ਉਹ ਸ਼ਾਮਿਲ ਆ ਔਰ ਐਂਡ ਦੇ ਉੱਤੇ ਵੀ ਜਿਹੜੀ ਆ ਇਹ ਜਿਹੜੇ ਪਲਾਂਟ ਆ ਅਸੀਂ ਪ੍ਰੋਡਿਊਸ਼ਨ ਦੇ ਜਿਹੜੇ ਕੰਟਰੋਲ ਕਰਨ ਦੇ ਅਗੇਂਸਟ ਨਹੀਂ ਆ ਇੰਡਸਟਰੀ ਨੂੰ ਸਮੇਂ-ਸਮੇਂ ਪੋਲੂਸ਼ਨ ਦੀਆਂ ਜਿਹੜੀਆਂ ਕੰਡੀਸ਼ਨਸ ਆ ਕੰਪਲਾਈ ਕਰਨ ਵਾਸਤੇ ਗਵਰਨਮੈਂਟਾਂ ਹਮੇਸ਼ਾ ਕੋਸ਼ਿਸ਼ ਕਰਦੀਆਂ ਕਰਨੀਆਂ ਚਾਹੀਦੀਆਂ ਪਰ ਇਹੋ ਜਿਹੇ ਹਾਰਸ਼ ਡਿਸੀਜਨ ਨਹੀਂ ਕਿ ਇੱਕ ਪਾਸੇ ਆਲਰੇਡੀ ਕ੍ਰਾਈਸਿਸ ਆ ਔਰ ਜਿਹੜਾ ਜਿਹੜਾ এনवायरमेंट ਮਿਨਿਸਟਰੀ ਆ ਉਹਨਾਂ ਨੇ ਪ੍ਰੋਪਰਲੀ ਉਹਨਾਂ ਦੇ ਟਰਮ ਐਕਸਟੈਂਡ ਕੀਤੀ ਹੋਈ ਆ ਜਿਹੜਾ ਕੰਸਰਨਡ ਡਿਪਾਰਟਮੈਂਟ ਆ ਤੁਸੀਂ ਉਸ ਤੋਂ ਵੀ ਵੱਧ ਕੰਸਰਨਡ ਜਿਹੜੀ ਮਿਨਿਸਟਰੀ ਆਫ এনवायरमेंट ਐਂਡ ਫੋਰੈਸਟ ਉਹਨੇ ਜਿਹੜੀ ਹੈਗੀ ਆ ਨੋਟੀਫਿਕੇਸ਼ਨ ਜਿਹੜਾ ਜਾਰੀ ਕੀਤਾ ਉਸ ਨੋਟੀਫਿਕੇਸ਼ਨ ਨੂੰ ਵੀ ਰੱਦ ਕਰਨ ਦੀ ਤੁਸੀਂ ਗੱਲ ਕਰ ਰਹੇ ਹੋ ਕੁਐਸ਼ ਐਂਡ ਸੈਟਸਾਈਡ ਦੀ ਨੋਟੀਫਿਕੇਸ਼ਨ ਨੰਬਰ ਸੋ ਐਂਡ ਸੋ ਇਸ਼ੂਡ ਬਾਈ ਮਿਨਿਸਟਰੀ ਆਫ এনवायरमेंट ਐਂਡ ਫੋਰੈਸਟ ਐਮੈਂਡਿੰਗ ਐਕਸਟੈਂਡਿੰਗ ਦੀ ਟਾਈਮਲਾਈਨਸ ਫਾਰ ਕੰਪਲਾਈਂਗ ਵਿਦ ਦੀ ਇਮਿਸ਼ਨ ਆਬਸ ਤੁਸੀਂ ਦਿੱਲੀ ਸੰਭਾਲ ਨਹੀਂ ਸਕਦੇ ਆਪਣਾ ਉੱਥੇ ਤੁਹਾਡਾ ਜਿਹੜਾ ਪੋਲਿਊਸ਼ਨ ਹੈ ਚਾਹੇ ਵਾਹਨ ਦਾ ਪੋਲਿਊਸ਼ਨ ਆਇਆ ਚਾਹੇ ਨਾਇਟ ਪੋਲਿਊਸ਼ਨ ਆਇਆ ਚਾਹੇ 에ਅਰ ਪੋਲਿਊਸ਼ਨ ਆ ਚਾਹੇ ਇੰਡਸਟਰੀਅਲ ਪੋਲਿਊਸ਼ਨ ਆ ਉਹ ਤੁਹਾਡੇ ਕੋਲੇ ਰੁਕਦਾ ਨਹੀਂ ਆ ਤੇ ਇਹ ਨਵੇਂ ਤਰੀਕੇ ਦੀ ਇੱਕ ਐਡਮਿਨਿਸਟ੍ਰੇਸ਼ਨ ਸ਼ੁਰੂ ਹੋ ਗਈ ਵੀ ਦੂਜੀਆਂ ਸਟੇਟਾਂ ਦੇ ਵਿੱਚ ਜੋ ਚੱਲ ਰਿਹਾ ਉਹਦਾ ਤੁਸੀਂ ਜਾ ਕੇ ਦਿੱਲੀ ਬੈਠੇ ਹੋ ਤਾਂ ਸੌਖਾ ਕੰਮ ਹੈ ਵੀ ਸੁਪਰੀਮ ਕੋਰਟ ਤੋਂ ਸਟੇ ਲੈ ਕੇ ਉਹਨਾਂ ਦਾ ਪੱਠਾ ਪਠਾ ਦਿਓ ਇਸ ਕਰਕੇ ਇਹ ਦੋਨਾਂ ਦਾ ਐਕਸ਼ਨ ਬੈਲਾਫਾਈਡਾ ਇੱਕ ਤਾਂ ਮੈਂ ਰਿਕਵੈਸਟ ਕਰਦਾ ਗਵਰਨਰ ਸਾਹਿਬ ਨੂੰ ਦੁਬਾਰਾ ਤੁਹਾਡੇ ਰਹੀਂ ਅਸੀਂ ਤਾਂ ਲਿਖਤੀ ਰੂਪ ਦੇ ਵਿੱਚ 2020 ਦਾ ਲਿਖ ਕੇ ਦਿੱਤਾ ਹੋਇਆ ਹੁਣ ਹੋਰ ਸਮੁੱਤ ਆ ਗਏ ਇਹ ਸਾਰੇ ਇਸ਼ੂ ਦੀ ਜਿਹੜੀ ਆ ਉਹ ਸੀਬੀਆਈ ਇਨਕੁਆਰੀ ਜਿਹੜੀ ਆ ਉਹ ਕਰਾਈ ਜਾਏ ਔਰ ਪੰਜਾਬ ਦੀ ਮੈਂ ਆਪਦੀ ਲੀਡਰਸ਼ਿਪ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਕੇਜਰੀਵਾਲ ਦੀ ਝੋਲੀ ਪੈੜਾ ਬੰਦ ਕਰ ਦਿਓ ਅੱਗੇ ਐਸਵੀਐਲ ਦੇ ਮੁੱਦੇ ਦੇ ਉੱਤੇ ਪੰਜਾਬ ਦੇ ਨਾਲ ਫਰਾਨਾ ਕੀਤਾ ਧੋਖਾ ਕੀਤਾ ਵਿਸ਼ਵਾਸ ਘਾਤ ਕੀਤਾ ਖਿਲਾਫ ਐਫੀਡੈਂਟ ਫਾਈਲ ਕੀਤਾ ਤੁਸੀਂ ਡਟ ਕੇ ਉਹਦੇ ਨਾਲ ਖੜੇ ਰਹੇ ਉਸ ਤੋਂ ਬਾਅਦ ਕਿਸਾਨਾਂ ਦੇ ਮਾਮਲੇ ਦੇ ਵਿੱਚ ਬਹੁਤ ਵੱਡੀਆਂ ਹਿਰਾਫੇਰੀਆਂ ਧੋਖੇਬਾਜ਼ੀਆਂ ਕੀਤੀਆਂ ਤੁਸੀਂ ਫਿਰ ਕਿਤਰੀਵਾਲ ਦੇ ਹੱਕ 'ਚ ਖੜੇ ਰਹੋ ਕੋਈ ਤਾਂ ਨਹੀਂ ਤੁਸੀਂ ਉਹਦੇ ਗੁਣਗੁਣੋਂ ਨਹੀਂ ਹਟਦੇ ਸਿਰਫ ਤੁਹਾਨੂੰ ਇੱਕ ਟਿਕਟ ਚਾਹੀਦੀ ਆ ਪਰ ਉਹਦੇ ਕਰਕੇ ਤੁਸੀਂ ਪੰਜਾਬ ਦੇ ਹਿੱਤ ਵਿੱਚ ਹੋੜਾ ਇਸ ਕਰਕੇ ਹੁਣ ਮੈਂ ਪਟੀਸ਼ਨ ਪੜ੍ਹ ਦਿੱਤੀ ਹੈ ਭਗਵੰਤ ਮਾਨ ਜੀ ਨੂੰ ਬੇਨਤੀ ਹੈ ਕਿ ਦੁਬਾਰਾ ਉੱਥੇ ਫੋਨ ਕਰਕੇ ਪੁੱਛੋ ਕਿ ਵਾਰਡ ক্লোਜ਼ਰ ਲਿਖਿਆ ਹੋਇਆ ਤੁਸੀਂ ਬੰਦ ਕਰਾਉਣ ਵਾਸਤੇ ਪਟੀਸ਼ਨ ਪਾਈ ਸੀ ਮੈਂ ਸੁਪਰੀਮ ਕੋਰਟ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇਹ ਕਹਿ ਕੇ ਕਿ ਕੀ ਮਜ਼ਾਕ ਹੈ ਕਿ ਹੱਸੋ ਹੀ ਨਹੀਂ ਗੱਲ ਆ ਉਹਨਾਂ ਨੇ ਵਾਪਸ ਕਰ ਦਿੱਤੀ ਕਿ ਇਸ ਤਰੀਕੇ ਕੰਮ ਨਹੀਂ ਹੁੰਦੇ ਕਿ ਇੱਕ ਸਟੇਟ ਗਵਰਨਮੈਂਟ ਦੂਜੀਆਂ ਸਟੇਟ ਗਵਰਨਮੈਂਟਾਂ ਦੇ ਬਾਰੇ ਵਿੱਚ ਆ ਕੇ ਕਹਿ ਦੇਵੇ ਕਿ ਜਿਹੜੇ ਆ ਤੁਸੀਂ ਆ ਆਰਡਰ ਪਾਸ ਕਰਦੇ ਹੋ ਇਸ ਲਈ ਮੈਂ ਸੁਪਰੀਮ ਕੋਰਟ ਦਾ ਧੰਨਵਾਦ ਕਰਦਾ ਪਰ ਇਹਨਾਂ ਦੋਨਾਂ ਦੀ ਜਿਹੜੇ ਮਾੜੀ ਨੀਤੀ ਹੈ ਉਹ ਜ਼ਰੂਰ ਸਾਹਮਣੇ ਆਈ ਹੈ ਕੋਈ ਕੁਐਸਚਨ ਹੋਵੇ ਤੁਹਾਡਾ ਤੇ ਜਿਹੜੀ ਜਿਹੜੀ ਪਾਵਰ ਪਰਚੇਜ਼ ਐਗਰੀਮੈਂਟ ਦੇ ਵਿੱਚ ਜਿਹੜਾ ਕੰਪਨੀਆਂ ਨੂੰ ਬੈਨੀਫਿਟ ਦਿੱਤੇ ਗਏ ਗੱਲ ਤੋਂ 4100 ਕਰੋੜ ਰੁਪਏ ਦਿੱਤੇ ਪਹਿਲਾ 2500 ਕਰੋੜ ਰੁਪਏ ਇਹਨਾਂ ਨੂੰ ਨੱਬਾ ਪਾਵਰ ਪਲਾਂਟਸ ਨੂੰ ਵਾਸ਼ਿੰਗ ਚਾਰਜ ਦੇ 2500 ਪਲੱਸ ਉਸ ਤੋਂ ਬਾਅਦ ਦਿੱਤੇ ਜਾ ਰਹੇ ਆ ਕਿਉਂਕਿ ਉਹ ਤਾਂ ਜਦੋਂ ਐਕਸੈਪਟ ਕਰ ਲਿਆ ਤੁਸੀਂ ਉਹ ਤਾਂ ਫਿਰ ਏਰੀਅਰ ਸੀਗਾ ਉਹਦਾ ਪਿਛਲਾ ਉਸ ਤੋਂ ਬਾਅਦ ਲਗਾਤਾਰ ਦਿੱਤੇ ਜਾ ਰਹੇ ਇੱਕ ਛੋਟਾ ਜਿਹਾ ਨਹੀਂ ਹੈ ਨੁਕਸਾਨ ਜਿਹੜਾ ਰੌਲਾ ਪਾਉਂਦੇ ਸਿੱਧੂ ਸਾਹਿਬ ਵੀ ਬਾਕੀ ਵੀ ਜਿਹੜੀ ਅਸਲੀ ਗੱਲ ਆਲੇ ਪਾਸੇ ਕੋਈ ਧਿਆਨ ਨਹੀਂ ਕਰਦਾ ਇੱਥੇ ਕਿਉਂ ਚੁੱਪ ਨੇ ਔਰ ਦੂਜਾ ਜਿਸ ਕੰਪਨੀ ਦੇ ਬਾਰੇ ਤੁਸੀਂ ਇੰਨੇ ਅਲਿਗੇਸ਼ਨ ਲਾ ਰਹੇ ਸੀ ਉਰੇ ਤੋਂ ਤੁਸੀਂ ਪਾਰਟੀ ਫੰਡ ਕਿਉਂ ਐਕਸੈਪਟ ਕੀਤਾ ਮੈਂ ਕਿਹਾ ਕਿ ਮੈਨੂੰ ਪਾਰਟੀ ਫੰਡ ਕਿਸੇ ਨੂੰ ਦੇਣ ਤੋਂ ਇਤਰਾਜ਼ ਨਹੀਂ ਆ ਪਰ ਜਿਸ ਕੰਪਨੀ ਦੇ ਤੁਸੀਂ ਇੰਨੇ ਜ਼ਿਆਦਾ ਕੁਐਸਚਨ ਖੜੇ ਕੀਤੇ ਉਹਨਾਂ ਤੋਂ ਤੁਸੀਂ ਇੰਨੇ ਕਰੋੜ ਰੁਪਏ ਕਿਉਂ ਲਿਆ ਥੈਂਕ ਯੂ